ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਮੀਨੀਆ ਦੇਖ ਰਹੇ ਹੋ ਤੁਸੀਂ ਤੇ ਅੱਜ ਸਾਡੇ ਨਾਲ ਮੌਜੂਦ ਨੇ ਰੂਪੀ ਗਿੱਲ। ਰੂਪੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਮੀਨੀਆ ਤੇ। ਥੈਂਕ ਯੂ ਸੋ ਮੱਚ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਸੋ ਤੁਹਾਡਾ ਜਿਹੜਾ ਗਾਣਾ ਮੇਨਲੀ ਜਿਹੜਾ ਅੱਜ ਕੱਲ੍ਹ ਹਿੱਟ ਹੋਇਆ ਡਾਇਮੰਡ, ਉਹ ਤੋਂ ਬਾਅਦ ਤੇ ਆਈ ਥਿੰਕ ਇੰਨੇ ਲੋਕਾਂ ਨੇ ਤੁਹਾਨੂੰ ਪਸੰਦ ਕੀਤਾ, ਤੁਹਾਡਾ ਫੇਸ ਜਿਹੜਾ ਇੰਨਾ ਜਨਤਾ ਨੇ ਪਸੰਦ ਕੀਤਾ, ਤੇ ਉਸ ਤੋਂ ਬਾਅਦ ਤੁਹਾਨੂੰ ਇਹ ਫਿਲਮ ਤੁਹਾਡੀ ਪਹਿਲੀ ਜਿਹੜੀ ਆ ਹਨਾ ਕੁਛ ਹੀ ਗਾਣਿਆਂ ਬਾਅਦ ਤੁਹਾਨੂੰ ਮਿਲ ਗਈ, ਸੋ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ? ਮੈਂ ਆਨੈਸਟਲੀ ਦੱਸਾਂ, ਮੈਨੂੰ ਹਜੇ ਵੀ ਨਹੀਂ ਬਿਲੀਵ ਹੋ ਰਿਹਾ। ਲਾਈਕ ਮੈਂ ਤੇ ਵਨ ਆਫ ਆਰ ਟੀਮ ਮੈਂਬਰਸ ਆਕਾਸ਼ ਆਏ ਸੀ, ਅਸੀਂ ਇਕੱਠੇ ਆਏ ਹਾਂ ਤੇ ਪਲੇਨ 'ਚ ਵੀ ਅਸੀਂ ਕਹਿੰਦੇ ਸੀ ਲਾਈਕ ਸੱਚੀ ਆਪਾਂ ਚੱਲੇ ਹਾਂ, ਐਂਡ ਦੈਨ ਈਵਨ ਵਨ ਵੀ ਲੈਂਡਡ ਵੀ ਲਾਈਕ ਇਹ ਸੱਚੀ ਇੰਡੀਆ ਆ, ਸੋ ਵੀ ਸਟਿਲ ਡੋਂਟ ਬਿਲੀਵ ਇਟ। ਇੰਨੇ ਐਕਸਾਈਟਡ ਆ ਅਸੀਂ, ਆਮ ਸੋ ਐਕਸਾਈਟਡ, ਐਂਡ ਮੈਂ ਟੂ ਬੀ ਆਨੈਸਟ ਬਹੁਤ ਲੱਕੀ ਫੀਲ ਕਰਦੀ ਹੈ ਕਿ ਪੰਜਾਬੀ ਇੰਡਸਟਰੀ ਦੇ ਮੈਨੂੰ ਕੋਈ ਪਾਰਟ ਸਮਝਿਆ ਜਾਂਦਾ ਆ, ਵੀ ਲਾਈਕ ਮੈਂ ਇੰਕਲੂਡਡ ਹਾਂ ਉਹਦੇ ਵਿੱਚ। ਸੋ ਤੁਸੀਂ ਐਕਟਿੰਗ ਸ਼ੁਰੂ ਤੋਂ ਹੀ ਕਰਨਾ ਚਾਹੁੰਦੇ ਸੀ ਕਿ ਤੁਹਾਡੇ ਦਿਮਾਗ 'ਚ ਸੀਗਾ ਕਦੇ ਕਿ ਐਕਟਿੰਗ ਕਰੋਗੇ? ਐਕਟਿੰਗ ਛੋਟੇ ਹੁੰਦੇ ਤਾਂ ਮੈਨੂੰ ਬਹੁਤ ਪਸੰਦ ਸੀ, ਲਾਈਕ ਡਰਾਮਾ ਜਿਹਾ ਕਰਨਾ, ਘਰੇ ਵੀ ਬਹੁਤ ਮੈਨੂੰ ਪਸੰਦ ਆ ਇੱਦਾਂ ਦੀਆਂ ਚੀਜ਼ਾਂ ਕਰਨਾ, ਸੋ ਆਈ ਥਿੰਕ ਸ਼ੁਰੂ ਤੋਂ ਸ਼ੌਂਕ ਸੀਗਾ ਵਿਦਆਊਟ ਨੋਇੰਗ ਇਟ। ਪਰ ਮੈਂ ਐਕਟਰ ਨਹੀਂ ਬਣਨਾ ਚਾਹੁੰਦੀ ਸੀ ਅਫੀਸ਼ਲੀ, ਤਾਂ ਮੈਂ ਲਾਈਕ ਹੋਰ ਪਾਸੇ ਮੈਂ ਐਕਚੁਲੀ ਪੁਲਿਸ ਆਫਿਸਰ ਬਣਨਾ ਚਾਹੁੰਦੀ ਸੀ, ਉਹਦੇ ਲਈ ਸਟੱਡੀ ਕਰਦੀ ਸੀ, ਅਤੇ ਮੈਂ ਉਹਦੀ ਸ਼ੌਂਕ ਨੂੰ ਸ਼ੌਂਕ ਦੇ ਤੌਰ 'ਤੇ ਕੀਤਾ ਸੀ, ਪਰ ਇਹ ਵਧੀਆ ਜਾ ਰਿਹਾ ਸੋ ਫਾਰ, ਟੱਚ ਵੁੱਡ। ਸੋ ਤੁਹਾਡੀ ਜਿਹੜੀ ਫਿਲਮ ਦੀ ਅਨਾਊਂਸਮੈਂਟ ਹੋਈ ਆ, ਵੱਡਾ ਕਲਾਕਾਰ, ਸੋ ਇਹਦੇ ਵਿੱਚ ਤੁਹਾਡਾ ਰੋਲ ਕੀ ਆ ਅਤੇ ਕਾਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ? ਇਹਦੇ ਵਿੱਚ ਐਕਚੁਲੀ ਮੈਂ ਜ਼ਿਆਦਾ ਨਹੀਂ ਦੱਸੂੰਗੀ, ਬਟ ਬਹੁਤ ਸਵੀਟ ਜੀ ਕੁੜੀ ਆ, ਇਨ ਅ ਸੈਂਸ ਬਹੁਤ ਹੈ ਉਹਦੇ ਵਿੱਚ, ਸ਼ੀ ਇਜ਼ ਲਾਈਕ ਦ ਗਰਲ ਨੈਕਸਟ ਡੋਰ, ਬਹੁਤ ਰਿਲੇਟੇਬਲ ਵੀ ਆ, ਲਾਈਕ ਇਟਸ ਕਾਇੰਡ ਆਫ ਲਾਈਕ ਮੇਰੇ ਵਾਂਗੂ ਆ, ਬਟ ਯਾ। ਸੋ ਐਕਚੁਲੀ ਆਈ ਵੁੱਡ ਸੇ ਮੈਂ ਕੁਛ ਐਕਟਿੰਗ ਜ਼ਿਆਦਾ ਨਹੀਂ ਕਰਨੀ, ਜਿੱਦਾਂ ਸਾਡੇ ਡਾਇਰੈਕਟਰ ਨੇ ਕਿਹਾ ਸੀ ਡੋਂਟ ਐਕਟ, ਜਸਟ ਬੀ ਯੋਰਸੈਲਫ, ਸੋ ਆਈ ਵੁੱਡ ਸੇ ਸ਼ੀ ਇਜ਼ ਵੈਰੀ, ਸ਼ੀ ਹੈਜ਼ ਅ ਲੋਟ ਆਫ ਇਨਸੈਂਸ, ਸ਼ੀ ਇਜ਼ ਸਵੀਟ, ਸ਼ੀ ਇਜ਼ ਜਸਟ ਵੈਰੀ ਰਿਲੇਟੇਬਲ, ਜਿੱਦਾਂ ਜਸਟ ਅ ਨੋਰਮਲ ਕੁੜੀ ਹੋਊਗੀ। ਸੋ ਰੂਪੀ, ਤੁਸੀਂ ਇੰਨੇ ਅੱਜ ਕੱਲ੍ਹ ਛਾਏ ਹੋਏ ਹੋ ਹਰ ਥਾਂ 'ਤੇ, ਆਈ ਐਮ ਸ਼ੋਰ ਹਰ ਕੋਈ ਬੰਦਾ ਤੁਹਾਨੂੰ ਤੁਹਾਡੇ ਬਾਰੇ ਜਾਣਨਾ ਚਾਹੁੰਦਾ, ਸੋ ਆਪਣੇ ਬਾਰੇ ਦੱਸੋ ਸਾਡੇ ਦਰਸ਼ਕਾਂ ਨੂੰ। ਓਕੇ, ਸੋ ਮੇਰਾ ਫੁੱਲ ਨੇਮ ਦੱਸਾਂ? ਫੁੱਲ ਨੇਮ ਮੇਰਾ ਹੈਗਾ ਰੁਪਿੰਦਰ ਕੌਰ ਗਿੱਲ। ਮੈਂ ਕੈਨੇਡਾ ਦੇ ਵਿੱਚ ਬੋਰਨ ਹੋਈ ਹਾਂ July 28 ਨੂੰ, ਅਤੇ ਇੰਨੀ ਡਿਟੇਲ 'ਚ ਨਹੀਂ ਜਾਣਾ ਸੀ ਨਾ, ਨਹੀਂ ਜਾ ਸਕਦੇ। ਓਕੇ, ਸੋ July 28 ਨੂੰ, ਐਂਡ ਮੈਂ ਉੱਥੇ ਬੋਰਨ ਹੋਈ ਹਾਂ, ਮੈਂ ਇੰਡੀਆ 5 ਸਾਲ ਰਹੀ ਹਾਂ ਛੋਟੀ ਹੁੰਦੀ ਵਿਦ ਮਾਈ ਗ੍ਰੈਂਡ ਪੇਰੈਂਟਸ, ਤਾਂ ਕਰਕੇ ਮੈਨੂੰ ਪੰਜਾਬੀ ਕਲਚਰ ਬਾਰੇ, ਮੇਰੀ ਪੰਜਾਬੀ ਵੀ ਐਕਚੁਲੀ ਤਾਂ ਇਸ ਕਰਕੇ ਵਧੀਆ ਆ। ਸੋ ਮੋਸਟਲੀ ਮੈਂ ਹੁਣ ਹੀ ਜ਼ਿਆਦਾ ਚਿਰ ਕੈਨੇਡਾ ਵਿੱਚ ਹੀ ਹਾਂ, ਉੱਥੇ ਹੀ ਅਸੀਂ ਕੋਈ ਵੀ ਮਿਊਜ਼ਿਕ ਵੀਡੀਓ ਹੋਵੇ ਅਸੀਂ ਉੱਥੇ ਹੀ ਸ਼ੂਟ ਕਰਦੇ ਹੁੰਦੇ ਹਾਂ, ਸੁਖਣੀ ਐਂਡ ਹਿਜ਼ ਹੋਲ ਥੀਮ, ਅਤੇ ਆਈ ਐਮ ਯੂਜ਼ਲੀ ਵਿਦ ਦਮ, ਸੋ ਯਾ ਦੈਟਸ। ਸੋ ਤੁਸੀਂ ਸੁੱਖ ਸੰਗੇੜਾ ਨਾਲ ਕਾਫੀ ਗਾਣੇ ਕੀਤੇ ਆ, ਸੋ ਤੁਹਾਡੇ ਉਹਨਾਂ ਨਾਲ ਰਿਲੇਸ਼ਨਸ ਕਿੱਦਾਂ ਦੇ ਆ? ਮੀ ਐਂਡ ਸੁੱਖ ਆਈ ਵੁੱਡ ਸੇ ਅਸੀਂ ਬੈਸਟ ਫਰੈਂਡਸ ਵੀ ਹਾਂ, ਅਤੇ ਅਸੀਂ ਲਾਈਕ ਬ੍ਰਦਰ ਐਂਡ ਸਿਸਟਰ ਬੈਸਟ ਫਰੈਂਡਸ ਟਾਈਪ ਆਫ ਇੱਦਾਂ ਆ, ਲਾਈਕ ਸਾਡੀ ਪੂਰੀ ਟੀਮ ਇੱਕ ਲਾਈਕ ਫੈਮਲੀ ਆ, ਲਾਈਕ ਤੁਸੀਂ ਬਿਲੀਵ ਨਹੀਂ ਕਰੋਗੇ ਜਦੋਂ ਅਸੀਂ ਇਕੱਠੇ ਹੁੰਦੇ ਇੱਦਾਂ ਨਹੀਂ ਲੱਗਦਾ ਅਸੀਂ ਕੰਮ ਕਰਦੇ ਹਾਂ, ਅਸੀਂ 24/7 ਜੋ ਦੀ ਸਨੈਪਚੈਟਸ ਵੀ ਤੁਸੀਂ ਦੇਖੋ ਅਸੀਂ ਲਾਈਕ ਆਲ ਦ ਟਾਈਮ, ਸਾਡਾ ਇੱਦਾਂ ਹੁੰਦਾ ਵੀ ਇਹ ਕਰਦੇ ਕੀ ਆ, ਵੀਡੀਓ ਕਿੱਦਾਂ ਬਣਾ ਲੈਂਦੇ, ਅਸੀਂ ਇੰਨਾ ਫਨ ਕਰਦੇ ਹਾਂ। ਸੋ ਮੀ ਐਂਡ ਹਿਮ, ਹੀ ਲੁੱਕਸ ਆਊਟ ਫੋਰ ਮੀ, ਉਹ ਮੇਰੇ ਹਮੇਸ਼ਾ ਕੋਈ ਵੀ ਲਾਈਕ ਕੁਛ ਵੀ ਮੈਨੂੰ ਪ੍ਰੋਬਲਮ ਹੋਵੇ ਹੀ ਆਲਵੇਜ਼ ਫਿਕਸ ਇਟ, ਹੀ ਆਲਵੇਜ਼ ਸੇ ਰੂਪੀ ਇੱਦਾਂ ਕਰ, ਇੱਦਾਂ ਨਹੀਂ ਕਰਨਾ, ਸੋ ਹੀ ਪ੍ਰੀਟੀ ਮੱਚ ਮੈਂਟਰ ਵੀ ਆ, ਮੈਂਟਰ, ਬ੍ਰਦਰ ਅਤੇ ਬੈਸਟ ਫਰੈਂਡ। ਤੁਹਾਡਾ ਜਿਹੜਾ ਗਾਣਾ ਆ ਡਾਇਮੰਡ, ਉਹਦੇ ਆਈ ਥਿੰਕ ਹੁਣ ਵੀਡੀਓ ਦੇਖਦੇ ਹੋਏ ਵੀ ਉਹਨੂੰ 100 ਮਿਲੀਅਨ ਹਿੱਟ ਹੋਣ ਵਾਲੇ ਆ, ਸੋ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹਦੇ ਵਾਸਤੇ ਮੈਨੂੰ ਸੀਰੀਅਸਲੀ ਇੰਨੀ ਉਮੀਦ ਨਹੀਂ ਸੀ ਵੀ ਇੰਨਾ ਜ਼ਿਆਦਾ ਹਿੱਟ ਹੋਊਗਾ, ਪਰ ਤੁਸੀਂ ਇੰਨਾ ਪਿਆਰ ਦਿੱਤਾ ਆ ਉਹਦੇ ਲਈ, ਮੈਂ ਦੱਸ ਨਹੀਂ ਸਕਦੀ ਵੀ ਮੈਂ ਕਿੰਨੀ ਸ਼ੁਕਰ ਲਾਈਕ ਸ਼ੁਕੀ ਸ਼ੁਕਰਵਾਰ ਸ਼ੁਕਰਗੁਜ਼ਾਰ ਆ, ਅਤੇ ਨੋ ਬਹੁਤ 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 ਥੈਂਕ ਯੂ, ਤੁਸੀਂ ਇੰਨਾ ਪਸੰਦ ਕੀਤਾ, ਤੁਸੀਂ ਵੀ ਮੈਨੂੰ ਦੱਸ ਰਹੇ ਸੀ ਵੀ ਯੂ ਲਵ ਇਟ ਟੂ, ਸੋ ਯਾ ਨੋ ਥੈਂਕ ਯੂ। ਅਤੇ ਤੁਹਾਡੇ ਨਾਲ ਅਸੀਂ ਇੱਕ ਛੋਟੀ ਜਿਹੀ ਗੇਮ ਖੇਡਾਂਗੇ ਜਿਹਦਾ ਨਾਮ ਹੈ ਰੈਪਿਡ ਫਾਇਰ। ਓਕੇ, ਸੋ ਉਹੀ ਜੋ ਮੈਂ ਕਹਿ ਰਹੀ ਹਾਂ ਕਿ ਅਸੀਂ ਤੁਹਾਡੇ ਬਾਰੇ ਜਾਣਨਾ ਚਾਹੁੰਦੇ ਹਾਂ, ਸੋ ਤੁਹਾਨੂੰ ਰੈਪਿਡ ਫਾਇਰ ਪਤਾ ਹੋਊਗਾ, ਮੈਂ ਤੁਹਾਨੂੰ ਕੁਐਸਚਨ ਪੁੱਛੂੰਗੀ ਅਤੇ ਤੁਹਾਨੂੰ ਜਵਾਬ ਦੇਣੇ ਹੋਣਗੇ। ਓਕੇ, ਕੋਈ ਐਸਾ ਐਕਟਰ ਜਿਨ੍ਹਾਂ ਦੇ ਨਾਲ ਤੁਸੀਂ ਕੰਮ ਕਰਨਾ ਚਾਹੋਗੇ? ਕਿਪੀ ਗਰਵਾਲ। ਇੱਕ ਕੋਈ ਐਕਟਰ ਜਾਂ ਸਿੰਗਰ ਜਿਹਦੇ ਨਾਲ ਤੁਸੀਂ ਡੇਟ 'ਤੇ ਜਾਣਾ ਚਾਹੋਗੇ? ਡੇਟ 'ਤੇ ਕਿੰਨੇ ਨਾਮ ਹੁੰਦੇ ਆ ਕਿ ਗੁਰਨਾਮ ਨਾਲ, ਜਸਟ ਬੀਕਜ਼, ਵੇਟ ਕਰੋ, ਜਸਟ ਬੀਕਜ਼ ਸਾਰਿਆਂ ਨੇ ਇੰਨੀ ਜੋੜੀ ਸਾਡੀ ਲਾਈਕ ਕੀਤੀ ਆ, ਅਤੇ ਮੈਂ ਲਾਈਕ ਕਰੂੰਗੀ ਟ੍ਰਿਕ ਕਰਨ ਨੂੰ, ਸਾਰਿਆਂ ਨੂੰ ਵੀ ਉਹ ਕਹਿਣਗੇ ਉਹ ਅੱਛਾ ਰੀਅਲ ਲਾਈਫ 'ਚ ਵੀ ਇਹ ਕਪਲ ਆ। ਓਕੇ, ਤੁਹਾਡੀ ਫੇਵਰੇਟ ਡਿਸ਼ ਕਿਹੜੀ ਆ? ਮੇਰੀ ਫੇਵਰੇਟ ਡਿਸ਼ ਸ਼ਾਹੀ ਪਨੀਰ। ਤੁਹਾਡਾ ਸਨ ਸਾਈਨ ਕੀ ਆ? ਲੀਓ, ਲੀਓ ਹੋਇਆ। ਤੁਹਾਡਾ ਫੇਵਰੇਟ ਮਿਊਜ਼ਿਕ ਕੀ ਆ? ਮੇਰਾ ਫੇਵਰੇਟ ਮਿਊਜ਼ਿਕ ਪੰਜਾਬੀ ਮਿਊਜ਼ਿਕ, ਮੈਂ 24/7 ਮੇਰੀ ਗੱਡੀ ਦੇ ਵਿੱਚ, ਮੇਰੇ ਫੋਨ ਦੇ ਵਿੱਚ, ਐਵਰੀ ਸਿੰਗਲ ਥਿੰਗ ਇਜ਼ ਪੰਜਾਬੀ ਮਿਊਜ਼ਿਕ, ਮੈਨੂੰ ਹੋਰ ਕੋਈ ਮਿਊਜ਼ਿਕ ਬਾਰੇ ਕੁਛ ਨਹੀਂ ਪਤਾ ਹੈਗਾ।
ਤੇ ਦੋ ਗਾਣੇ ਜਿਹੜੇ ਤੁਹਾਡੇ ਇਸ ਵੇਲੇ ਲਿਸਟ ਦੇ ਵਿੱਚ ਰਿਪੀਟ ਤੇ ਚੱਲ ਰਹੇ। ਓਕੇ, ਇੱਕ ਚਿੜੀ ਬਲੌਰੀ ਜਿਹੜਾ ਲੌਂਗ ਲੈਚੀ ਚੋਂ ਆ, ਐਂਡ ਆਉਂਦੇ ਹੋਏ ਪਲੇਨ 'ਚ ਅਸੀਂ ਵੰਜਲੀ ਵਜਾ ਸੁਣਿਆ ਆ ਅੰਗਰੇਜ਼ ਵਾਲਾ ਗਾਣਾ, ਉਹ ਮੈਨੂੰ ਬਹੁਤ ਬਹੁਤ ਵਧੀਆ ਲੱਗਦਾ ਆ। ਤੁਹਾਡੀ ਕੰਫਰਟ ਲੁੱਕ ਕੀ ਆ? ਕੰਫਰਟ ਲੁੱਕ ਸਵੈਟ ਪੈਂਟਸ, ਜਿਹੜੇ ਵੀ ਸਾਰੇ ਮੈਨੂੰ ਜਾਣਦੇ ਆ, ਸਵੈਟ ਪੈਂਟਸ, ਸਲਿੱਪਰਸ ਅਤੇ ਇੱਕ ਚੱਗਾ, ਦੈਟਸ ਇਟ। ਤੁਹਾਡੀ ਹੋਬੀਜ਼ ਕੀ? ਮੇਰੀ ਹੋਬੀਜ਼ ਆ ਖਾਣਾ ਹੋਬੀਜ਼ ਹੁੰਦੀ ਆ, ਖਾਣਾ, ਡਾਂਸਿੰਗ ਕਰਨੀ ਅਤੇ ਐਕਟਿੰਗ ਵੀ ਇੱਕ ਤਰ੍ਹਾਂ ਦੀ ਹੋਬੀ ਹੋਈ ਆ, ਰਾਈਟ, ਐਂਡ ਸੋਹਣਾ। ਤੁਹਾਡਾ ਫੇਵਰੇਟ ਕਲਰ ਕਿਹੜਾ? ਮੇਰਾ ਫੇਵਰੇਟ ਕਲਰ ਇਜ਼ ਬਲੈਕ ਕੱਪੜਿਆਂ ਵਾਈਜ਼ ਅਤੇ ਬਲੂ ਉੱਦਾਂ, ਲਾਈਕ ਸਕਾਈ ਬਲੂ। ਓਕੇ, ਅਤੇ ਤੁਹਾਡਾ ਫੇਵਰੇਟ ਡਿਜ਼ਾਈਨਰ ਕੌਣ? ਮੇਰੇ ਕੋਲ ਫੇਵਰੇਟ ਡਿਜ਼ਾਈਨਰ ਨਹੀਂ ਹੈਗਾ, ਨਹੀਂ, ਲਾਈਕ ਕੁਛ ਵੀ ਕੁਛ, ਐਕਚੁਲੀ ਐਜ਼ ਆਫ ਨਾਓ ਨੂਰ ਆ ਮੇਰੀ ਫੇਵਰੇਟ ਡਿਜ਼ਾਈਨਰ। ਤੁਹਾਡਾ ਫੇਵਰੇਟ ਵਕੇਸ਼ਨ ਸਪੋਟ ਕੀ ਆ? ਫੇਵਰੇਟ ਵਕੇਸ਼ਨ ਸਪੋਟ ਇੰਡੀਆ, ਇੰਡੀਆ 100%, ਕੋਈ ਵੀ ਜਗ੍ਹਾ ਨਹੀਂ ਇੰਡੀਆ। ਸੋ ਹੁਣ ਇਸ ਤੋਂ ਬਾਅਦ ਅਸੀਂ ਰੂਪੀ ਨੂੰ ਮੋਰ ਐਜ਼ ਅ ਮਾਡਲ ਦੇਖ ਰਹੇ ਹਾਂ ਅੱਗੇ ਜਾਂ ਐਜ਼ ਐਨ ਐਕਟਰ? I would say is movie to baad I don't know ki hoga cha kidda jana hai sara kuch, but I would say dono hi expect karo, I would say that's a very safe answer, dono hi tusi expect kare ho। So main to dekh rahi hu tusi makeup bahut fresh te sona kita hoya, tusi aap kita hai ya kisi hor to kya? Main sunu honest answer dassa, main assi flight to utre Chandigarh pahunche, makeup 5 minutes de vich kita, noor nu mile, noor is like wear this and aage, so yeah main aap hi kita aya, woh bhi 5 minutes de vich। ਵੈਲ ਰੂਪੀ, ਥੈਂਕ ਯੂ ਪੰਜਾਬੀ ਮੇਨੀਆ 'ਤੇ ਆਉਣ ਲਈ, ਅਤੇ ਤੁਹਾਡੀ ਜਿਹੜੀ ਫਿਲਮ ਆ ਰਹੀ ਆ ਵੱਡਾ ਕਲਾਕਾਰ ਬਹੁਤ ਹਿੱਟ ਹੋਵੇ, ਜਿਵੇਂ ਤੁਸੀਂ ਅੱਗੇ ਪਸੰਦ ਆਏ ਹੋ ਸਾਡੇ ਅੱਗੇ ਵੀ ਆਮ ਸ਼ੋਰ ਪਸੰਦ ਆਉਂਗੇ। ਤਰੱਕੀਆਂ ਕਰੋ ਤੁਸੀਂ ਬਹੁਤ ਜ਼ਿਆਦਾ, ਆਲ ਦਾ ਬੈਸਟ। ਸੋ ਸਾਡੇ ਪੰਜਾਬੀ ਮੇਨੀਆ ਦੇਖ ਰਹੇ ਵਿਊਰਸ ਨੂੰ ਤੁਸੀਂ ਅੰਤ ਵਿੱਚ ਕੀ ਕਹਿਣਾ ਚਾਹੋਗੇ? ਆਈ ਜਸਟ ਵਾਂਟ ਟੂ ਸੇ ਕਿ ਥੈਂਕ ਯੂ ਸੋ ਮੱਚ, ਤੁਸੀਂ ਇੰਨੀ ਸਪੋਰਟ ਦਿੱਤੀ ਆ, ਮੈਂ ਦਿਲੋਂ, ਲਾਈਕ ਆਈ ਨੋ ਸਾਰੇ ਮੈਂ ਕਹਿੰਦੇ ਹੁੰਦੇ ਆ ਵੀ ਮੈਂ ਥੈਂਕ ਯੂ, ਪਰ ਮੈਂ ਦਿਲੋਂ ਕਹਿਣਾ ਚਾਹੁੰਦੀ ਹਾਂ ਬਹੁਤ ਬਹੁਤ ਧੰਨਵਾਦ, ਤੁਸੀਂ ਇੰਨਾ ਮੈਨੂੰ ਪਿਆਰ ਦਿੱਤਾ ਆ, ਥੈਂਕ ਯੂ। ਥੈਂਕ ਯੂ ਰੂਪੀ ਪੰਜਾਬੀ ਮੇਨੀਆ 'ਤੇ ਆਉਣ ਲਈ। ਸੋ ਮੈਂ ਯਾਸਮਨ ਕੌਰ ਪੰਜਾਬੀ ਮੇਨੀਆ ਤੋਂ ਤੁਹਾਡੇ ਤੋਂ ਵਿਦਾ ਲੈਂਦੀ ਹਾਂ, ਅਤੇ ਆਪਾਂ ਛੇਤੀ ਮਿਲਾਂਗੇ ਇੱਥੇ ਇੱਕ ਨਵੇਂ ਸਿਤਾਰੇ ਦੇ ਨਾਲ। ਸਤਿ ਸ਼੍ਰੀ ਅਕਾਲ।